ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਕੈਪਟਨ ਦਾ ਦਿਮਾਗ ਖਾਲੀ ਹੈ ਇਸ ਕਰਕੇ ਕੁਝ ਕਰ ਨਹੀਂ ਸਕਦਾ। ਕੈਪਟਨ ਦਾ ਦਿਮਾਗ ਖਾਲੀ ਹੈ ਇਸ ਕਰਕੇ ਕੁਝ ਕਰ ਨਹੀਂ ਸਕਦਾ। ਕੈਪਟਨ ਦਾ ਦਿਮਾਗ ਖਾਲੀ ਹੈ ਇਸ ਕਰਕੇ ਕੁਝ ਕਰ ਨਹੀਂ ਸਕਦਾ। ਤੁਹਾਡੇ ਹਲਕਿਆਂ ਨੇ ਗ੍ਰਾਂਟਾਂ ਦੇਖੋ ਕਿੰਨੀਆਂ ਦਿੱਤੀਆਂ ਸੀ, 50-50, 100-100, 200-200 ਕਰੋੜ ਗ੍ਰਾਂਟ। ਅਸੀਂ ਇਤਨਾ ਦੇਖਿਆ ਖਜ਼ਾਨਾ ਖਾਲੀ ਹੈ। ਸਿੱਖ ਕੌਮ ਦਾ ਪੰਥ ਦਾ ਪੰਜਾਬ ਸਰਕਾਰ ਦਾ ਖਜ਼ਾਨਾ ਕਿਤੇ ਖਾਲੀ ਹੋ ਹੀ ਨਹੀਂ ਸਕਦਾ ਯਾਰ। ਆਪਾਂ ਤਾਂ ਪੂਰੇ ਦੇਸ਼ ਦਾ ਅੰਨਾ ਭੰਡਾਰ ਭਰਦੇ ਹਾਂ ਤੇ ਆਪਣੇ ਖਜ਼ਾਨਾ ਕਿਵੇਂ ਖਾਲੀ ਹੋ ਜੂ। ਅੱਜ ਇਕੱਲਾ ਗੱਲ ਹੈ ਕਿ ਕਾਂਗਰਸੀ ਦੇ ਕੈਪਟਨ ਦਾ ਦਿਮਾਗ ਖਾਲੀ ਹੈ ਇਸ ਕਰਕੇ ਕੁਝ ਕਰ ਨਹੀਂ ਸਕਦਾ। ਇਹਦਾ ਵੀ ਮਤਲਬ ਹੁਣ ਜਦੋਂ ਮੇਰੇ ਵੀ ਪਰਮਿੰਦਰ ਸੀ ਫਾਈਨੈਂਸ ਮਿੰਤਰੀ, ਸਾਡਾ ਖਜ਼ਾਨਾ ਮੰਤਰੀ, ਕਿਤੇ ਵੀ ਪਰਮਿੰਦਰ ਨੇ ਕਿਹਾ ਮਹੀਨੇ ਦੇ ਮਹੀਨੇ ਆਉਂਦੀ ਸੀ। ਤੁਹਾਨੂੰ ਕਿਸੇ ਚੀਜ਼ ਦੀ ਚਿੰਤਾ ਨਹੀਂ। ਹੁਣ ਤਾਂ ਪਤਾ ਹੀ ਨਹੀਂ ਕਿ ਪੰਜਾਬ ਦਾ ਮੁੱਖ ਮੰਤਰੀ ਹੈਗਾ ਕਿ ਨਹੀਂ ਹੈਗਾ।